కాదు జెజూరీస్ పవిత్ర తల్పతి రాజ్మా రతంపురి డేరా రతంపురి మీకు మంచిది రాజ్మా పెళ్ళా తా సారే సాధు సంతా చరణా చ సత్సంగ గమన కరది ఉస్ తో బాద్ సారీ ఆయి హుయి సాధ సంగత ను బిబ్బియాం భెనా ను బుజుర్గాం ను మేరే వల్లో శ్రీ వాహిగురు జీ కా ఖాల్సా శ్రీ వాహిగురు జీ కీ ఫతేహ్ ਅੱਜ ਜੋ ਇਸ ਮਹਾਨ ਮੌਕੇ 'ਤੇ ਸੰਤ ਹਰਚਰਨ ਦਾਸ ਜੀ ਜਿਨ੍ਹਾਂ ਦੀ ਅੱਜ 8ਵੀਂ ਸਲਾਨਾ ਬਰਸੀ ਹੈ ਉਹਨਾਂ ਦੀ ਮਹਾਨ ਆਤਮਾ ਦੀ ਜਿਹੜੀ ਅਸੀਂ ਉਹਨਾਂ ਦੀ ਬਰਸੀ 'ਤੇ ਇਕੱਠੇ ਹੋਏ ਹਾਂ ਮੈਂ ਆਪਣੇ ਆਪ ਨੂੰ ਬਹੁਤ ਧੰਨਵਾਦ ਸਮਝਦਾ ਧੰਨਵਾਦੀ ਸਮਝਦੀ ਹਾਂ ਅਰਧਭਾਗ ਕੀ ਸਮਝਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮੌਕਾ ਦਿੱਤਾ ਅਤੇ ਬਾਕੀ ਮੈਂ ਆਗ ਲਗੀ ਆਕਾਸ਼ ਮੇ ਜਜਰ ਬੜੇ ਅੰਗਾਰ ਸੰਤ ਨਾ ਹੋਤੇ ਜਗ ਮੇਂ ਤੋ ਜਲ ਮਰਤਾ ਮੈਂ ਕਹਿਣਾ ਚਾਹਾਂਗੀ ਕਿ ਭਾਵ ਅੱਜ ਜੋ ਮਤਲਬ ਮਾਹੌਲ ਹੈ ਇਸ ਧਰਤੀ 'ਤੇ ਜਿੰਨਾ ਪੋਲਿਊਸ਼ਨ ਵੱਧ ਚੁੱਕਿਆ ਜਿਸ ਅੱਜ ਧਰਤੀ ਜਿਸ ਸਥਾਨ 'ਤੇ ਸਾਡੀ ਖੜੀ ਹੈ ਉਹ ਇਹਨਾਂ ਦੀ ਹੀ ਬਦੌਲਤ ਸਾਧੂ ਸੰਤਾਂ ਦੀ ਬਦੌਲਤ ਹੈ ਕਿ ਅਸੀਂ ਮਤਲਬ ਇਸ ਧਰਤੀ 'ਤੇ ਅੱਜ ਵਿਰਾਜਮਾਨ ਹਾਂ ਧਰਤੀ ਸਥਿਰ ਹੈ ਅਤੇ ਕਹਿਣ ਦਾ ਭਾਵ ਜੇ ਸੰਤ ਨਾ ਹੋਣ ਤਾਂ ਸਾਡੀ ਧਰਤੀ ਦੀ ਜੋ ਦੁਰਗਤੀ ਹੋਣੀ ਇਹ ਤੈਅ ਹੈ ਅਤੇ ਅਸੀਂ ਇਹਨਾਂ ਨੂੰ ਦੇਖ ਕੇ ਮਤਲਬ ਵਿਸ਼ਵ ਅਰਜੁਨ ਨਾਂ ਦੀ ਜਿਹੜੀ ਸੁਸਾਇਟੀ ਚਲਾਈ ਹੋਈ ਹੈ ਸਾਡਾ ਜਿਹੜਾ ਮਕਸਦ ਹੈ ਕਿ ਧਰਤੀ 'ਤੇ ਜੋ ਅੱਜ ਮੇਨ ਮੁੱਦਾ ਹੈ ਧਰਤੀ ਦਾ ਪੋਲਿਊਸ਼ਨ ਔਰ ਲਗਾਤਾਰ ਜਿਹੜੀ ਪਲਾਂਟੇਸ਼ਨ ਦੀ ਕਟਾਈ ਹੋ ਰਹੀ ਹੈ ਦੇਖੋ ਸਾਨੂੰ ਕੋਈ ਪੋਲੀਟੀਕਲੀ ਕੋਈ ਮੁੱਦਾ ਨਹੀਂ ਹੈਗਾ ਅਸੀਂ ਮੈਂ ਪੋਲੀਟੀਕਲੀ ਸਾਰੇ ਉਹਦੇ ਤੋਂ ਉੱਠ ਕੇ ਇੱਕ ਆਓ ਸਾਰੇ ਅਸੀਂ ਇਕੱਠੇ ਹੋ ਕੇ ਜਿਹੜੀ ਇਸ ਸਮੇਂ ਸਾਨੂੰ ਜ਼ਰੂਰਤ ਹੈ ਅਤੇ ਅਸੀਂ ਇੱਕ ਲਹਿਰ ਚਲਾਈ ਹੈ ਵਿਸ਼ਵ ਅਰਜੁਨ ਸੁਸਾਇਟੀ ਅਤੇ ਉਹਦੇ ਵਿੱਚ ਅਸੀਂ ਇੱਕ ਟੀਚਾ ਮੇਰਾ ਮੱਥਿਆ ਹੈ ਕਿ ਅਸੀਂ 1 ਲੱਖ ਦੇ ਜਿਹੜੇ ਗਰੀਬ ਜਿਹੜੇ ਆ ਪਲਾਂਟੇਸ਼ਨ ਕਰਵਾਉਣੀ ਆ ਕਿਉਂਕਿ ਪ੍ਰਿਥਵੀ ਦੇ ਕਰਕੇ ਪਲਾਂਟੇਸ਼ਨ ਪਲਾਂਟਸ ਦੇ ਕਰਕੇ ਹੀ ਜਿਹੜੀ ਮਤਲਬ ਸਾਡੀ ਧਰਤੀ ਦਾ ਜਿਹੜਾ ਵਜੂਦ ਹੈ ਸਿਸਟਮ ਦੇ ਕਾਇਮ ਆ ਔਰ ਇਹਦੀ ਜੜ੍ਹਾਂ ਤੋਂ ਲੈ ਕੇ ਪੂਰੇ ਫੁੱਲ ਪੱਤੇ ਤਾਣੇ ਤੱਕ ਸਭ ਸਾਡੇ ਕੰਮ ਆਉਂਦੇ ਨੇ ਅਤੇ ਮੈਂ ਕਹਿਣਾ ਚਾਹਾਂਗੀ ਮੈਂ ਦੱਸਣਾ ਚਾਹਾਂਗੀ ਜਦੋਂ ਇਨਸਾਨ ਜਨਮ ਲੈਂਦਾ ਇਸ ਧਰਤੀ 'ਤੇ ਭੰਗੂੜੇ ਦੇ ਵਿੱਚ ਆਉਂਦਾ ਅਤੇ ਉਹ ਜਾਗਾ ਜਾਂਦਾ ਜਦੋਂ ਸਾਰੀ ਜ਼ਿੰਦਗੀ ਉਹਦਾ ਬਾਹਰ ਰਹਿੰਦਾ ਲੱਕੜੀ ਦੇ ਨਾਲ ਸਾਡਾ ਸਾਡੀ ਛੱਤ ਜੀ ਪੈਂਦੀ ਹੈ ਤਾਂ ਉਹ ਵੀ ਲੱਕੜੀ ਦੇ ਸਿਰ 'ਤੇ ਸਾਡਾ ਰਹਿਣ ਸਹਿਣ ਦਾ ਸਾਰਾ ਇਹਦੇ ਸਿਰ 'ਤੇ ਹੈ ਔਰ ਅਸੀਂ ਜਾਂਦੇ ਜਾਂਦੇ ਵੀ ਜਦੋਂ ਅਸੀਂ ਮਰ ਜਾਂਦੇ 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 ਵੀ ਅਸੀਂ ਜਿਹੜੀ 5 ਕੁਇੰਟਲ ਲੱਕੜੀ ਆਪਣੇ ਨਾਲ ਲੈ ਕੇ ਜਾਂਦੇ ਔਰ ਮੈਂ ਪੁੱਛਣਾ ਚਾਹਾਂਗੀ ਮੈਂ ਦੱਸਣਾ ਚਾਹਾਂਗੀ ਅੱਜ ਅਸੀਂ ਇਸ ਚੀਜ਼ ਤੋਂ ਬਿਲਕੁਲ ਇਸ ਬਾਰੇ ਅਸੀਂ ਬਿਲਕੁਲ ਵੀ ਪਰਵਾਹ ਨਹੀਂ ਕਰ ਰਹੇ ਅੰਦਰ ਤੋਂ ਅੰਦਰ ਅਸੀਂ ਕਟਾਈ ਕਰ ਰਹੇ ਹਾਂ ਔਰ ਯਾਦ ਰੱਖਣਾ ਜਦ ਵੀ ਜੋ ਵੀ ਅਸੀਂ ਕੁਦਰਤ ਨੂੰ ਦਿੰਦੇ ਹਾਂ ਕੁਦਰਤ ਉਸੇ ਰੋਗ ਦੇ ਰੂਪ ਦੇ ਵਿੱਚ ਸਾਨੂੰ ਵਾਪਸ ਕਰਦੀ ਹੈ ਅੱਜ ਕੱਲ੍ਹ ਸਰਕਾਰਾਂ ਬੇਸ਼ੱਕ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੀਆਂ ਪਰ ਮੇਨ ਉਦੇ ਇਹੀ ਹੈ ਵੱਧਦੀ ਹੋਈ ਜਨਰੇਸ਼ਨ ਔਰ ਕਿਸੇ ਨਾਲ ਵਿਤਕਰਾ ਨਾ ਹੋਵੇ ਔਰ ਜਿਹੜਾ ਸਾਡੇ ਆਪਣੇ ਇੰਡੀਆ ਦਾ ਜਿਹੜਾ ਇਸ ਵੇਲੇ ਪਾਣੀ ਦਾ ਪੱਧਰ ਹੈ ਦਿਨੋਂ ਦਿਨ ਜਿਹੜਾ ਨੀਚੇ ਡਿੱਗਦਾ ਜਾ ਰਿਹਾ ਸੀ ਆਉਣ ਵਾਲੀ ਜਿਹੜੀ ਸਾਡੀ ਸੰਤਾਨ ਆਉਣ ਵਾਲੀ ਪੀੜ੍ਹੀਆਂ ਸੀ ਉਹਨਾਂ ਨੂੰ ਕੁਛ ਨਹੀਂ ਦੇ ਕੇ ਜਾ ਰਹੇ ਮੈਂ ਕੋਈ ਬਹੁਤੀ ਵੱਡੀ ਲੀਡਰ ਨਹੀਂ ਹੈਗੀ ਪਰ ਇੱਕ ਮਾਂ ਹੋਣ ਦੇ ਨਾਤੇ ਇੱਕ ਧੀ ਹੋਣ ਦੇ ਨਾਤੇ ਮੈਂ ਦੁੱਖ ਸਮਝਦੀ ਹਾਂ ਅੱਜ ਸਾਡੀ ਜਿਹੜੀ ਪੀੜ੍ਹੀ ਹੈ ਨਸ਼ਿਆਂ ਦੀ ਕ੍ਰਿਸ਼ਤ ਦੇ ਵਿੱਚ ਦਿਨੋਂ ਦਿਨ ਜਿਹੜੀ ਹੈ ਦਰਸਤ ਹੁੰਦੀ ਜਾ ਰਹੀ ਹੈ ਪਰ ਅਸੀਂ ਸਾਡਾ ਆਪਣਾ ਵੀ ਫਰਜ਼ ਬਣਦਾ ਕਿ ਅਸੀਂ ਦੇਖੀਏ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਅਸੀਂ ਬੱਚਿਆਂ ਵੱਲ ਨਜ਼ਰ ਮਾਰੀਏ ਕਿ ਬੱਚੇ ਕਿਸ ਕਿਸ ਪਾਸੇ ਚੱਲ ਰਹੇ ਨੇ ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਤੇ ਕਿ ਹੁਣ ਮੌਕਾ ਆ ਗਿਆ ਜਾਗੋ ਇਹ ਸਰਕਾਰਾਂ ਨੇ ਇਕੱਲਾ ਜ਼ਿੰਮੇਵਾਰੀ ਨਹੀਂ ਬਣਦੀ ਸਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਦੇਖੀ ਨਹੀਂ ਜਾਂਦੀ ਕਿ ਜਦੋਂ ਅਸੀਂ ਫੇਸਬੁੱਕ 'ਤੇ ਜਾਂ ਮੀਡੀਆ 'ਤੇ ਜਦੋਂ ਅਸੀਂ ਵੀਡੀਓ ਦੇਖਦੇ ਹਾਂ ਬੱਚਿਆਂ ਤੋਂ ਲਾਂਦੇ ਹਾਂ ਬੱਚਿਆਂ ਨੂੰ ਕਚਰੇ ਦੇ ਕੇ ਅੱਜ ਟਿੱਕਿਆਂ ਨੂੰ ਔਰ ਮਾਵਾਂ ਨੂੰ ਪਕਾਉਂਦੀਆਂ ਉਹ ਬੱਚੇ ਇਕੱਲੇ ਉਹਨਾਂ ਦੇ ਬੱਚੇ ਨਹੀਂ ਹੈਗੇ ਸਾਡੇ ਸਾਰਿਆਂ ਦੇ ਬੱਚੇ ਆ ਜਿਹੜਾ ਸਮਾਨ ਹੈ ਸਾਡਾ ਇੱਕ ਪਰਿਵਾਰ ਹੈ ਅਤੇ ਆਓ ਅਸੀਂ ਇਕੱਠੇ ਹੋ ਕੇ ਇਹਨਾਂ ਸਮਾਜਿਕ ਜਿਹੜੀਆਂ ਬੁਰਾਈਆਂ ਸਾਡੇ ਦੇਸ਼ ਦੇ ਵਿੱਚ ਪਣਪ ਗਈਆਂ ਇਹਨਾਂ ਦੇ ਖਿਲਾਫ ਲੜੀਏ ਇਹ ਇਕੱਲਾ ਵੀਰਾਂ ਦਾ ਹੀ ਕੰਮ ਨਹੀਂ ਹੈਗਾ ਸਾਨੂੰ ਲੇਡੀਜ਼ ਨੂੰ ਵੀ ਸਾਨੂੰ ਔਰਤਾਂ ਨੂੰ ਵੀ ਅੱਗੇ ਆਉਣਾ ਪੈਣਾ ਕਿਉਂਕਿ ਮਾਂ ਦਾ ਦੁੱਖ ਜਿਹੜੀ ਇੱਕ ਮਾਂ ਹੀ ਸਮਝ ਸਕਦੀ ਹੈ ਅਸੀਂ ਇਹ ਨਹੀਂ ਦੇਖਣਾ ਕਿ ਮਤਲਬ ਅੱਗ ਜਿਹੜੀ ਹੈ ਗੁਆਂਢ ਵਿੱਚ ਲੱਗੀ ਹੈ ਗੁਆਂਢ ਹੌਲੀ ਹੌਲੀ ਅੱਗ ਜਿਹੜੀ ਆ ਸਾਡੇ ਘਰ ਨੂੰ ਵੀ ਆਉਣੀ ਸਾਡੇ ਘਰ ਨੂੰ ਵੀ ਤਬਾਹ ਕਰੂਗੀ ਇਸ ਕਰਕੇ ਅਸੀਂ ਸੋਚਣਾ ਕਿ ਜੇ ਗੁਆਂਢੀਆਂ ਦਾ ਬੱਚਾ ਲੱਗਾ ਹੈ ਕੱਲ੍ਹ ਨੂੰ ਸਾਡਾ ਵੀ ਲੱਗ ਸਕਦਾ ਹੈ ਅਸੀਂ ਇਹਨਾਂ ਦੀ ਜਿਹੜੀ ਸੁਸਾਇਟੀ ਉਹਦੇ 'ਤੇ ਗੌਰ ਕਰੀਏ ਕਿ ਰਲ ਮਿਲ ਕੇ ਜਿਹੜੇ ਨਸ਼ੇ ਦੇ ਦਹਿਸ਼ਤ ਨੂੰ ਆਪਣੇ ਪੰਜਾਬ 'ਚੋਂ ਆਪਣੇ ਇੰਡੀਆ 'ਚੋਂ ਭਜਾਈਏ ਅਤੇ ਹੋਰ ਵੀ ਕਈ ਤਰ੍ਹਾਂ ਬੁਰਾਈਆਂ ਆ ਜਿਹਨਾਂ ਦਾ ਮਤਲਬ ਅਸੀਂ ਅੱਜ ਜਿਹੜੀ ਹੈ ਪਲਾਂਟੇਸ਼ਨ ਦਾ ਮੇਨ ਮੁੱਦਾ ਜਿਹੜਾ ਆ ਅਸੀਂ 1100 ਜਿਹੜਾ ਪੌਦਾ ਆ ਉਹ ਆਪਣੇ ਇੱਥੇ ਰਤਨਪੁਰੀ ਡੇਰੇ ਨੂੰ ਦੇ ਕੇ ਜਾ ਰਹੇ ਹਾਂ ਜਿਹਦੇ ਵਿੱਚ ਜ਼ਿਆਦਾ ਮੈਡੀਕੇਟਡ ਪਲਾਂਟਸ ਨੇ ਜਿਹਨਾਂ ਤੋਂ ਸਾਨੂੰ ਸਿਹਤ ਬਾਰੇ ਜਿਹੜਾ ਮਤਲਬ ਅੱਛੀ ਸਿਹਤ ਮਿਲੇਗੀ ਅੱਛੀ ਤੰਦਰੁਸਤ ਜਿਹੜੀ ਹਵਾ ਜਿਹੜੀ ਆਕਸੀਜਨ ਜਨਰੇਟ ਕਰਦੀ ਹੈ ਉਹ
ਪਤੇ ਦੇ ਕੇ ਜਾ ਰਹੇ ਹਾਂ ਜਿਹੜੀ ਬਿਮਾਰੀਆਂ ਤੋਂ ਸਾਨੂੰ ਦੂਰ ਰੱਖਣਗੇ ਤੇ ਸਾਡੀ ਜਿਹੜੀ ਜਨਰੇਸ਼ਨ ਆ ਅੱਛੀ ਜਿਹੜੀ ਮਤਲਬ ਉਹਨਾਂ ਦੇ ਅੱਛਾ ਉਹਨਾਂ ਨੂੰ ਐਟਮੋਸਫੇਅਰ ਮਿਲੇਗਾ ਅੱਛਾ ਵਾਤਾਵਰਨ ਮਿਲੇਗਾ। ਸੋ ਵੀਰੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਰਿਕੁਐਸਟ ਕਰਦੀ ਹਾਂ ਬਾਕੀ ਲੜਾਈਆਂ ਜਿਹੜੀਆਂ ਸਾਡੇ ਮਤਲਬ ਆਪਸ ਵਿੱਚ ਜਾਤ ਪਾਤ ਦੇ ਜਾਂ ਹੋਰ ਟੀਕਾ ਦੇ ਜਿਹੜੇ ਮਤਲਬ ਪੌੜੇ ਪਾਏ ਜਾ ਰਹੇ ਨੇ ਇਹ ਬਹੁਤ ਵੱਡੀਆਂ ਸਾਜਿਸ਼ਾਂ ਇੰਟਰਨੈਸ਼ਨਲ ਸਾਜਿਸ਼ਾਂ ਨੇ ਤੇ ਅਸੀਂ ਇਹਨਾਂ ਦੀ ਗ੍ਰਿਫਤ ਚ ਆਉਣਾ ਕਿਉਂਕਿ ਜਦੋਂ ਵੀ ਹਿੰਦੁਸਤਾਨ ਤੇ ਅਟੈਕ ਹੋਇਆ ਇਹਨਾਂ ਨੂੰ ਮੂੰਹ ਦਿਖਾ ਨਹੀਂ ਪਈ ਹੈ ਦੁਸ਼ਮਣਾਂ ਨੂੰ ਤੇ ਹੁਣ ਇਹਨਾਂ ਨੇ ਇਹ ਸੋਚਿਆ ਕਿ ਇਹਨਾਂ ਨੂੰ ਜਾਤ ਪਾਤ ਤੇ ਲੜਾਇਆ ਜਾਵੇ ਇਹਨਾਂ ਦੀ ਜਿਹੜੀ ਆਉਣ ਵਾਲੀ ਇਹਨਾਂ ਦੀ ਜਿਹੜੀ ਆਉਣ ਵਾਲੀ ਹੈ ਪੀੜ੍ਹੀ ਹੈ ਉਹਨੂੰ ਖਤਮ ਕਰ ਦਿੱਤਾ ਜਾਵੇ ਨਸ਼ੇ ਤੇ ਲਗਾ ਦਿੱਤਾ ਜਾਵੇ ਪਰ ਅਸੀਂ ਸੁਚੇਤ ਰਹਿਣਾ ਅਸੀਂ ਆਪਣੀ ਪੀੜ੍ਹੀਆਂ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਉਹਦਾ ਕੁਝ ਨਾ ਕਹਿੰਦੇ ਹੋ ਇਹਨਾਂ ਫਿਰ ਇੱਕ ਵਾਰੀ ਰਿਕੁਐਸਟ ਕਰ ਰਹੀ ਹਾਂ ਸਾਰੇ ਸੰਤਾਂ ਤੇ ਸੰਤ ਸਮਾਜ ਨੂੰ ਸਾਰੇ ਪੁੰਨੇ ਆਤਮਾ ਸਾਡੇ ਕੋਲ ਦੇ ਕੇ ਬੈਠੇ ਨੇ ਤੇ ਮੈਂ ਇਹਨਾਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਦੀ ਹਾਂ ਇਹ ਸਭ ਤੋਂ ਜ਼ਿਆਦਾ ਸਾਥ ਜਿਹੜਾ ਸਮਰਥਨ ਸਾਨੂੰ ਮਿਲਿਆ ਅਸੀਂ 50,000 ਦੇ ਕਰੀਬ ਜਿਹੜੀ ਪਲਾਂਟੇਸ਼ਨ ਕਰਵਾ ਚੁੱਕੇ ਹਾਂ ਤੇ 1,00,000 ਦਾ ਸਾਡਾ ਟੀਚਾ ਹੈ ਪਰ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਤੁਸੀਂ ਸਾਡੀਆਂ ਬਾਹਾਂ ਬਣੋ ਤੇ ਅਸੀਂ ਇੱਥੇ ਵਾਤਾਵਰਨ ਜਿਹੜਾ ਅੱਛਾ ਜਿਹੜਾ ਨਿਰਮਾਣ ਆਉਣ ਵਾਲੀ ਪੀੜ੍ਹੀ ਨੂੰ ਅੱਛਾ ਵਾਤਾਵਰਨ ਦੇ ਕੇ ਦਈਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸ਼੍ਰੀ ਬਾਈ ਜੀ ਦਾ ਖਾਲਸਾ ਜੀ।